ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠੀ ਗੁਰੂ ਕਾਲੀ ਗੁਰੂ ਸਵਾਈ ਸਾਹਿਬ ਜੀ ਹੋ Ah
Yeah.
ਇਹ ਵੀ ਸਾਰੇ ਸ਼ਾਨ ਦੇ ਰੱਖਣ ਵਿੱਚੋਂ ਜਿਹੜਾ ਸ਼ਬਦ ਅਸੀਂ ਪੜ੍ਹਨ ਜਾ ਰਹੇ ਹਾਂ ਇਹ ਤਾਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੀ ਪਾਵਨ ਬਾਣੀ ਤੋਂ, ਕਿਉਂਕਿ ਅੱਜ ਖਾਲਸੇ ਦਾ ਜਨਮ ਦਿਹਾੜਾ ਹੈ। ਸੋ ਰਾਗ ਸੋਲਟ ਦੇ ਵਿੱਚ ਇੱਕ ਤਾਲ ਦੇ ਵਿੱਚ ਆਓ ਸਾਰੇ ਰਲ ਕੇ ਕੀਰਤਨ ਕਰਿਓ, ਹਾਜ਼ਰੀ ਲਵਾਈ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਦੇ ਵਿੱਚ। ਹੇ ਰਾਮ।
ਨਾਲ ਸੰਗਤ ਵੀ ਬੈਠੇ ਨੇ, ਗੁਰਮੁਖ ਪਿਆਰੇ ਬੈਠੇ ਨੇ, ਗੁਰਬਾਣੀ ਪੜ੍ਹਦਿਆਂ ਰਾਗ ਗਾਉਂਦਿਆਂ ਸੰਗੀਤਕ ਰੂਪ ਵਿੱਚ ਵੀ ਵਿਅਕਤ ਕਰਦੀਆਂ ਭੁੱਲਾਂ ਹੋਈਆਂ ਹੋਣਗੀਆਂ। ਸਾਧ ਸੰਗਤ ਬਖਸ਼ਣ ਯੋਗ ਹੈ, ਅਰਦਾਸ ਕਰਿਓ ਸੱਚੇ ਪਾਤਸ਼ਾਹ ਅੱਗੇ ਕਿ ਮਹਾਰਾਜ ਕਿਤੇ ਰਾਗ ਗਾਉਣ ਦੀ ਸੋਝੀ ਬਖਸ਼ ਲੈਣ, ਕਿਉਂਕਿ ਇਹ ਸਾਡਾ ਅਮੀਰ ਖਜ਼ਾਨਾ ਹੈ ਜਿਹੜਾ ਵਿਸਰਦਾ ਜਾ ਰਿਹਾ ਹੈ। ਸੋ ਇਹੋ ਜਿਹੇ ਉਪਰਾਲੇ ਹੋਣ ਤਾਂ ਕਿ ਸੰਗਤ ਵੀ ਰਾਗ ਸੁਣੇ ਅਤੇ ਰਾਗੀ ਸਿੰਘਾਂ ਨੂੰ ਵੀ ਉਤਸ਼ਾਹ ਮਿਲੇ ਕਿ ਰਾਗ ਦਰਬਾਰ ਹੋਣਗੇ ਅਤੇ ਰਾਗ ਗਾਉਣੇ ਨੇ ਅਤੇ ਉਤਸ਼ਾਹ ਦੇ ਨਾਲ ਮਿਹਨਤ ਕਰ ਸਕੀਏ। ਸੋ ਸੱਚੇ ਪਾਤਸ਼ਾਹ ਸਾਰੀ ਸੰਗਤ ਨੂੰ ਚੰਗੀ ਕਲਾ ਬਖਸ਼ਣ, ਸਾਰੀ ਸੰਗਤ ਨੂੰ ਇੱਕ ਵਾਰ ਫਿਰ ਤੋਂ ਖਾਲਸਾ ਸਾਜਨਾ ਦੇ ਹੱਟ ਦੀਆਂ ਲੱਖ ਲੱਖ ਮੁਬਾਰਕਾਂ ਹੋਈਆਂ ਵਿਆਹ ਤੋਂ ਪਹਿਲਾਂ ਤੋਂ ਖਿਮਾ ਜੀ ਆਓ ਕੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਆਪਦੇ ਨੂੰ 2 ਰਾਗ ਸਰਵਣ ਕਲਾਈ ਰਾਗ ਸੋਲਟ ਅਤੇ ਪਹਿਲਾ ਰਾਗ ਜੈਨਸਰੀ ਹੁਣ